ਮੈਂ ਬਚਪਨ ਦਾ ਇਸ ਲੈਣ ਦੇਸ਼ਾਂ ਅੱਜ ਦਾ ਨਹੀਂ ਹਾਂ। ਦੇਸ਼ ਦੀ ਜਦ ਵੰਡ ਹੋਈ ਉਦੋਂ ਮੈਂ 12 ਸਾਲ ਦਾ ਸੀ। ਇਹਨਾਂ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ। ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12-13 ਬੰਦੇ ਬਚੇ, ਬਾਕੀ ਦੇ ਸਭ ਕਤਲ ਹੋ ਗਏ, ਸਭ ਕਤਲ ਹੋ ਗਏ। ਮੈਂ ਬੜੇ ਖੂਨ ਖਰਾਬੇ ਛੋਟੇ ਹੁੰਦਿਆਂ ਦੇਖੇ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ, ਮਕਾਨਾਂ ਦੇ ਮਕਾਨ ਸੜ ਗਏ, ਕਿਵੇਂ ਅਸੀਂ ਨਿਕਲੇ। ਅਲਵਰ ਦੇ ਚ ਆਏ, ਉਹ ਟ੍ਰੇਨ ਗੌਰਮੈਂਟ ਨੇ ਅਲਵਰ ਭੇਜੀ ਸਾਡੀ, ਬਈ ਇਹਦੇ ਜਿੰਨੇ ਬੰਦੇ ਨੇ ਉੱਥੇ ਸੈੱਟ ਕਰੋ। ਅਲਵਰ ਸਟੇਟ ਸੀ, ਮਹਾਰਾਜਾ ਮਿਲਣ ਵਾਸਤੇ ਆਇਆ, ਬੜੀ ਹਮਦਰਦੀ ਜਿਤਾਈ। ਜਿਹੜੇ ਛੋਟੇ ਬੱਚੇ ਸਨ, ਕਹਿ ਇਹਨਾਂ ਨੂੰ ਸਕੂਲ 'ਚ ਭੇਜਿਆ ਕਰੋ, ਫੀਸ ਵੀ ਮਾਫ਼, ਕਿਤਾਬਾਂ ਵੀ ਮਿਲਣਗੀਆਂ, ਯੂਨੀਫਾਰਮ ਵੀ ਮਿਲੇਗੀ, ਹੋਰ ਵੀ ਸਹੂਲਤਾਂ। ਮੈਂ ਵੀ ਗਿਆ, ਪਹਿਲੀ ਕਲਾਸ 'ਚ ਬਿਠਾਇਆ। ਮੈਂ ਕਿਹਾ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਹਾਂ, 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ, ਮੈਨੂੰ ਪਹਿਲੀ 'ਚ ਬਿਠਾਉਂਦ। ਕਹਿਣ ਲੱਗੇ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ, ਹਿੰਦੀ ਨਹੀਂ ਆਉਂਦੀ, ਇੱਥੇ ਹਿੰਦੀ ਮੀਡੀਅਮ ਹੈ, ਤੂੰ ਜਿੱਥੇ ਪੜ੍ਹਦਾ ਰਿਹਾ ਉਰਦੂ ਮੀਡੀਅਮ ਸੀ, ਉੱਥੇ ਪਰਸ਼ੀਅਨ ਮੀਡੀਅਮ ਸੀ, ਇਹਨੂੰ ਪਹਿਲੀ ਤੋਂ ਚੱਲਣਾ ਪਏਗਾ। ਮੈਂ ਦੂਜੇ ਦਿਨ ਨਹੀਂ ਗਿਆ, ਫਿਰ ਮੈਂ ਬੇਅੰਗਮ ਹੋ ਗਿਆ। ਇੱਕ ਲੋਥਾ ਲੜਕਾ ਸੀ ਅਤੇ ਮੈਂ ਨਿਕਲ ਗਿਆ। ਮੈਂ ਬੜੀਆਂ ਠੋਕਰਾਂ ਫਿਰ ਖਾਧੀਆਂ, ਫਿਰ ਸਾਧੂਆਂ ਦੇ ਚੱਕਰਾਂ 'ਚ ਮੈਂ ਰਿਹਾ, ਔਰ ਮੈਂ ਫਿਰ ਬੜੇ ਬੜੇ ਸਾਧੂ ਦੇਖ। ਮੈਂ ਨਿਰਮਲਿਆਂ ਨਾਲ ਰਿਹਾ, ਉਦਾਸੀਆਂ ਨਾਲ ਰਿਹਾ, ਬੈਰਾਗੀਆਂ ਨਾਲ ਰਿਹਾ, ਨਿਰਮਲ ਅਖਾੜਾ ਬਨਾਰਸ ਦੇ 'ਚ। ਫਿਰ ਮੇਰੀ ਢਾਰਸ ਵੱਜੀ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖ, ਕਈਆਂ ਦੀ ਖੇਡ ਦੇਖ, ਕਈਆਂ ਦੀ ਸਾਧਨਾ ਨੂੰ ਭਾਗ ਲੱਗਦਿਆਂ ਦੇਖ। ਮੈਂ ਕਿਹਾ ਖੇਡ ਹੈ ਤੇ ਸਹੀ, ਸਾਗਰ ਦੇ ਤੇ ਕਦੀ ਕਦਾਈ ਕੋਈ ਕਦ ਕਿਸ਼ਤੀ ਡੁੱਬਦੀ ਹੈ, ਬਾਕੀਆਂ ਤੇ ਪਾਰ ਹੋ ਜਾਂਦੀਆਂ ਨੇ, ਪਰ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਬੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ, ਕੋਈ ਕਦ ਪਾਰ ਆਉਂਦੀ ਹੈ। ਤੇ ਇਸ ਤਰ੍ਹਾਂ ਦੇ ਪਾਰ ਹੋਏ ਪੁਰਸ਼ ਮੈਂ ਦੇਖੇ। ਤਾਰਸ ਬੱਜੀ, ਹੈ ਇਹ ਵੀ ਇੱਕ ਦੁਨੀਆ, ਕਿਉਂਕਿ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੀ। ਬੱਚਾ ਸਵੇਰੇ ਜਪਜੀ ਸਾਹਿਬ ਦਾ ਪਾਠ ਪੂਰਾ ਨਾ ਕਰ ਲਵੇ ਤਾਂ ਰੋਟੀ ਨਹੀਂ ਮਿਲਦੀ ਸੀ, ਇਹ ਵੀ ਮੈਰਜ ਕਰਦੇ ਹਾਂ। ਸ਼ਾਮ ਨੂੰ ਗੁਰਦੁਆਰੇ ਗਿਆ ਨੇ, ਰਹਿਰਾਜ ਸਾਹਿਬ ਦੇ ਸ਼ਾਮਲ ਨੇ, ਇੱਕ ਇੱਕ ਪੰਕਤੀ ਰਹਿਰਾਜ ਸਾਹਿਬ ਦੀ ਪੜ੍ਹਦੀ ਸੀ ਸਾਰੀ ਸੰਗਤ ਲੈਣ ਲੱਗ ਕੇ। ਸ਼ਾਮਲ ਨਹੀਂ ਹੋਇਆ, ਰੋਟੀ ਨਹੀਂ ਮਿਲਦੀ ਸੀ, ਬੜੀ ਸਖਤੀ ਸੀ ਉਸ ਪਾਸੇ, ਬੱਚਿਆਂ ਨੂੰ ਬੜੀ ਹਿਦਾਇਤਾਂ ਆਉਂਦੀਆਂ ਸਨ। ਤਾਂ ਧਾਰਮਿਕ ਸੰਸਕਾਰ ਤੇ ਹੈ ਸਨ, ਇਸ ਹਿਸਾਬ ਨਾਲ ਮੈਂ ਇਸ ਤਰ੍ਹਾਂ ਦੀ ਦੁਨੀਆ ਦੇਖੀ ਹੈ, ਔਰ ਇਸ ਦੇਸ਼ ਦੇ 'ਚ ਵੀ ਕੁਛ ਬੰਦੇ ਦੇਖੇ। ਇੱਕ ਬੰਦਾ ਮੈਂ ਕਨੇਡਾ 'ਚ ਵੀ ਦੇਖਿਆ, ਵੈਨਕੂਵਰ ਵਿੱਚ, ਹੋ ਸਕਦਾ ਕਿਸੇ ਹੋਰ ਸ਼ਹਿਰਾਂ 'ਚ ਵੀ ਹੋਵੇ, ਪਰ ਸਿੰਘਾਂ ਦੇ 'ਚ ਮੈਂ ਕਨੇਡਾ 'ਚ ਵੀ ਦੇਖਿਆ, ਇੱਕ ਦੇਖਿਆ, ਭਾਵੇਂ ਆਬਾਦੀ ਬਹੁਤ ਵੱਡੀ ਹੈ। ਅਮੈਰੀਕਾ 'ਚ ਮੈਨੂੰ ਦੇਖਣ ਨੂੰ ਨਹੀਂ ਮਿਲਿਆ। ਹਾਂ, ਰੋਸ਼ਨੀ ਹੋ ਗਈ, ਝਲਕ ਮਿਲ ਗਈ, ਇਸ ਤਰ੍ਹਾਂ ਦੇ ਇੱਕ ਦੋ ਜੀਵੜੇ ਦੇਖੇ। ਲੇਕਿਨ ਕੋਸ਼ਿਸ਼ ਇਤਨੀ ਘੱਟ ਗਈ, ਸੁਰਤ ਇਤਨੀ ਉੱਚੀ ਉੱਠ ਗਈ, ਹੁਣ ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਰਹੀ, ਉੱਪਰ ਉੱਠ ਜਾਣ। ਇਸ ਤਰ੍ਹਾਂ ਦੇ ਲੋਕ ਦੇਸ਼ ਦੇ ਅਜੇ ਕਾਫੀ ਤਾਦਾਦ ਵਿੱਚ ਨੇ,
ਵਿਦੇਸ਼ ਦੇ ਵਿੱਚ ਵੀ ਟਾਵਾਂ ਟਾਵਾਂ ਕਦੀ ਕਦੀ। ਉਸ ਮਿੱਤਰ ਨੂੰ ਮੈਂ ਕਿਹਾ ਤੂੰ ਜਿਹੜਾ ਡਰ ਗਿਆ ਨਾ, ਕੀਤਾ ਕਤਾਇਆ, ਤੂੰ ਕਈ ਮਹੀਨਿਆਂ ਦਾ ਗਵਾ ਛੱਡਿਆ। ਆਪਦੀ ਗਿਆਤ ਲਈ ਅਰਜ਼ ਕਰਾਂ, ਜਦ ਸੁਰਤ ਸ਼ਬਦ ਨਾਲ ਜੁੜਨ ਲੱਗਦੀ ਹੈ ਤੂੰ ਪਹਿਲੇ ਇੰਝ ਪ੍ਰਤੀਤ ਆਉਂਦਾ ਜਿਵੇਂ ਮੌਤ ਆਈ। ਪਤਾ ਕਿਉਂ? ਪੁਰਾਣਾ ਸਾਰਾ ਢਾਂਚਾ ਖਤਮ ਹੁੰਦਾ, ਪੁਰਾਣੇ ਸਾਰੇ ਸੰਸਕਾਰ ਖਤਮ ਆਉਂਦੇ, ਨਵਾਂ ਜਨਮ ਆਉਂਦਾ। ਉਹਨੂੰ ਇਸ ਵਾਸਤੇ ਕਹਿੰਦੇ ਨੇ ਦਵਿਜ ਹੋ ਗਿਆ, ਇਹਦਾ ਦੂਜਾ ਜਨਮ ਹੋ ਗਿਆ, ਪਹਿਲੀ ਜ਼ਿੰਦਗੀ ਮਿੱਟ ਗਈ, ਖਤਮ ਹੋ ਗਈ। ਉਹ ਮਿੱਟਦੀ ਹੋਈ ਇਸ ਤਰ੍ਹਾਂ ਦਿਖਾਈ ਦਿੰਦੀ ਜਿਵੇਂ ਮੌਤ, ਤੋਂ ਮਨ ਘਬਰਾ ਜਾਂਦਾ, ਉਹ ਵੀ ਕਿਧਰੇ ਘਬਰਾ ਗਏ। ਅੱਖਾਂ ਉਹਨਾਂ ਦੀਆਂ ਬਾਰਾਹੀਆਂ ਸਨ, ਕਹਿਣ ਲੱਗੇ ਹੁਣ ਮੇਰੀ ਖੇਡ ਨਹੀਂ ਬਣਦੀ, ਮੈਂ ਕਿ ਤੂੰ ਘਬਰਾ ਗਿਆ, ਘਬਰਾਉਣਾ ਨਹੀਂ ਜੋ ਹੁੰਦਾ ਸੀ ਹੁਣ। ਪਰ ਮੈਂ ਉਸ ਨੂੰ ਕਹਿੰਦਾ ਪਿਆ ਸੀ, ਪਰ ਮੈਂ ਤਾਂ ਦੇਖੇ ਚੰਗੇ ਚੰਗੇ ਘਬਰਾ ਜਾਂਦੇ ਨੇ, ਦਿਸਦੇ ਚ ਮੌਤ ਆਈ, ਖਤਮ ਖਤਮ, ਵਾਕਈ ਖਤਮ ਆਉਂਦਾ ਹੈ ਮਨੁੱਖ। ਪੁਰਾਣੇ ਸੰਸਕਾਰ ਖਤਮ ਆਉਂਦੇ ਨੇ, ਪੁਰਾਣਾ ਢਾਂਚਾ ਖਤਮ ਆਉਂਦਾ ਹੈ, ਜਨਮਾਂ ਜਨਮਾਂਤਰਾਂ ਦੇ ਪਏ ਹੋਏ ਪੱਧਰ ਖਤਮ ਆਉਂਦੇ ਨੇ, ਇੱਕ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ, ਜਿਹਨੂੰ ਕਹਿੰਦੇ ਨੇ ਪਰਮਾਤਮਾ ਦੀ ਜ਼ਿੰਦਗੀ, ਪ੍ਰਭੂ ਦਾ ਜਨਮ ਆਉਂਦਾ, ਈਸ਼ਵਰੀ ਆਨੰਦ ਦਾ ਜਨਮ ਆਉਂਦਾ, ਮਹਾਰਸ ਦਾ ਜਨਮ ਆਉਂਦਾ। ਇਸ ਯੁੱਗ ਨੂੰ ਸਤਿਗੁਰ ਕਲਾਲੀ ਕਹਿੰਦੇ ਨੇ। ਇੱਥੇ ਧਨ ਜੋਬਨ ਦਾ ਹੀ ਇਤਨਾ ਨਸ਼ਾ ਹੈ ਕਿ ਮਨੁੱਖ ਨੂੰ ਮਨੁੱਖ ਵੀ ਨਹੀਂ ਰਹਿਣ ਦਿੰਦਾ, ਇਹ ਨਸ਼ਾ ਪਸ਼ੂ ਬਣਾ ਦਿੰਦਾ, ਥੱਲੇ ਗਿਰਾ ਦਿੰਦਾ ਪਛਾੜ ਕੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਸੰਤ ਦੀ ਤਰ੍ਹਾਂ ਜੀ ਸਕਦਾ। ਮਨੁੱਖ ਸਿਖਰ 'ਤੇ ਪਹੁੰਚ ਸਕਦਾ ਹੈ, ਮਨੁੱਖ ਮੱਧ ਦੇ ਰਹਿ ਸਕਦਾ ਹੈ, ਮਨੁੱਖ ਥੱਲੇ ਧਰਤੀ 'ਤੇ ਡਿੱਗ ਸਕਦਾ। ਪਸ਼ੂ ਅਚੇਤ ਜੀ ਰਿਹਾ, ਉਹਨੂੰ ਕੁਛ ਵੀ ਸਮਝ ਨਹੀਂ, ਸਿਰਫ ਰਿਜ਼ਕ ਦੀ ਸਮਝ ਹੈ। ਉਹ ਵੀ ਇਸ ਕਰਕੇ ਜਦ ਭੁੱਖ ਲੱਗਦੀ ਤੇ ਤਲਾਸ਼ 'ਤੇ ਚੱਲ ਪੈਂਦਾ, ਬਾਕੀ ਕੁਛ ਵੀ ਨਹੀਂ, ਨਾ ਉਹਦੀ ਸਮਾਜਿਕ ਜ਼ਿੰਦਗੀ, ਨਾ ਉਹਦੀ ਧਾਰਮਿਕ ਜ਼ਿੰਦਗੀ, ਨਾ ਉਹਦੀ ਰਾਜਨੈਤਿਕ ਜ਼ਿੰਦਗੀ। ਉਹ ਥੱਲੇ ਜੀ ਰਿਹਾ, ਕਿਉਂਕਿ ਕੋਈ ਸਮੱਸਿਆ ਹੀ ਨਹੀਂ ਅਤੇ ਕੋਈ ਜ਼ਿੰਮੇਵਾਰੀਆਂ ਨਹੀਂ, ਇਸ ਵਾਸਤੇ ਸੁੱਖ ਦੇ 'ਚ ਜੀ ਰਿਹਾ। ਸੰਤ ਆਨੰਦ ਦੇ 'ਚ ਜੀ ਰਿਹਾ, ਸੰਤਨ ਗਏ ਘਰ ਸਦਾ ਆਨੰਦ, ਅਤੇ ਆਨੰਦ ਦੇ 'ਚ ਜੀ ਰਿਹਾ। ਮਨੁੱਖ ਕਲੇਸ਼ ਦੇ 'ਚ ਜੀ ਰਿਹਾ, ਚਿੰਤਾ 'ਚ ਜੀ ਰਿਹਾ, ਦੁੱਖ ਦੇ 'ਚ ਜੀ ਰਿਹਾ। ਮਨੁੱਖ ਦਾ ਨਾਂ ਦੂਜਾ ਕੀ ਹੈ? ਚਿੰਤਾ। ਮਨੁੱਖ ਦਾ ਦੂਜਾ ਨਾਂ ਕੀ ਹੈ? ਕਲ ਕਲੇਸ਼। ਮਨੁੱਖ ਦਾ ਦੂਜਾ ਨਾਂ ਕੀ ਹੈ? ਪਰੇਸ਼ਾਨੀਆਂ, ਬੇਚੈਨੀਆਂ। ਹਜ਼ਾਰਾਂ ਮਨੁੱਖ ਬੈਠੇ ਹੋਣ ਅਤੇ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਬੈਠੀਆਂ, ਮੈਨੂੰ ਮਾਫ਼ ਕਰ ਦੇਣ। ਹਜ਼ਾਰਾਂ ਮਨੁੱਖ ਬੈਠੇ ਹੋਣ ਅਤੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਬੈਠੀਆਂ ਨੇ, ਦੁੱਖ ਬੈਠੇ ਨੇ, ਸੰਤਾਪ ਬੈਠੇ ਨੇ, ਚਾਹੇ ਮੰਦਿਰ 'ਚ ਬੈਠੇ ਹੋਣ, ਚਾਹੇ ਗੁਰਦੁਆਰੇ, ਚਾਹੇ ਬਾਜ਼ਾਰ ਦੇ, ਚਾਹੇ ਪਰਿਵਾਰ ਦੇ 'ਚ। ਮਨੁੱਖ ਜਿੱਥੇ ਹੀ ਬੈਠਾ ਹੈ, ਦੁੱਖ ਬੈਠਾ ਹੈ, ਚਿੰਤਾ ਬੈਠੀ ਹੈ, ਤਣਾਅ ਬੈਠਾ ਹੈ, ਫਿਕਰ ਬੈਠਾ ਹੈ, ਪਰੇਸ਼ਾਨੀਆਂ ਬੈਠੀਆਂ, ਬੇਚੈਨੀਆਂ ਬੈਠੀਆਂ। ਤਾਂ ਹੁਣ ਲੰਬੇ ਸਮੇਂ ਤੱਕ ਮਨੁੱਖ ਬੇਚੈਨੀ 'ਚ ਕਿਸ ਤਰ੍ਹਾਂ ਜੀਵੇ, ਪਰੇਸ਼ਾਨੀ 'ਚ ਕਿਸ ਤਰ੍ਹਾਂ ਜੀਵੇ? ਜਾਂ ਤਾਂ ਫਿਰ ਇਹ ਥੱਲੇ ਜਾਏ ਅਤੇ ਸੁੱਖ ਹੈ, ਜਾਂ ਫਿਰ ਉੱਪਰ ਉੱਠੇ ਅਤੇ ਆਨੰਦ ਹੈ। ਤਾਂ ਮਨੁੱਖ ਥੱਲੇ ਜਾਣ ਦਾ ਰਸਤਾ ਜਲਦੀ ਚੁਣਦਾ, ਪਤਾ ਹੈ ਕਿਉਂ? ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ, ਪਰ ਉੱਪਰ ਚਾੜਨਾ ਹੋਵੇ ਤਾਂ ਪ੍ਰੈਸ਼ਰ ਚਾਹੀਦਾ। ਹੁਣ ਬਿਨਾਂ ਪ੍ਰੈਸ਼ਰ ਤੋਂ ਪਾਣੀ ਉੱਪਰ ਨਹੀਂ ਜਾਏਗਾ, ਜਾਂ ਪਾਣੀ ਨੂੰ ਬਾਲਣਾ ਪਏਗਾ, ਭਾਪ ਬਣਾਉਣਾ ਪਏਗਾ, ਭਾਪ ਉੱਪਰ ਜਾਂਦੀ ਉੱਠਦੀ, ਹੁਣ ਤਾਂ ਪਾਣੀ ਨਿਵਾਣ ਦੀ ਤਰਫ ਜਾਏਗਾ, ਹੁਣ ਤਾਂ ਮਨੁੱਖ ਦੀ ਸੁਰਤ ਥੱਲੇ ਜਾਏਗੀ।
ਫਿਰ ਮਹਾਰਾਜ ਕਹਿੰਦੇ ਨੇ ਯੁੱਗ ਐਸਾ ਕਲਾਲੀ ਹੈ, ਇੱਥੇ ਧਨ ਅਤੇ ਜੋਬਨ ਦੇ ਕਾਮਨਾ ਕਾਮ ਦੀ ਐਸੀ ਸ਼ਰਾਬ ਹੈ, ਇਹਨੂੰ ਥੱਲੇ ਗਿਰਾਂਗੀ, ਇਹਨੂੰ ਥੱਲੇ ਗਿਰਾਂਗੀ। ਅਤੇ ਜੇ ਧਨ ਅਤੇ ਜੋਬਨ ਇਸਨੂੰ ਥੱਲੇ ਨਹੀਂ ਗਿਰਾ ਰਿਹਾ ਤਾਂ ਬੇਚੈਨੀ ਅਤੇ ਜੀਵਣਾ ਬੜਾ ਔਖਾ ਹੈ। ਫਿਰ ਸ਼ਰਾਬ ਹੈ, ਚਰਸ ਹੈ, ਸੁਲਫਾ ਹੈ, ਗਾਂਜਾ ਹੈ, ਅੱਜ ਹਜ਼ਾਰਾਂ ਤਰ੍ਹਾਂ ਦੇ ਡਰੱਗਸ ਨੇ, ਨਸ਼ੇ ਨੇ, ਕੋਈ ਇੱਕ ਨਸ਼ਾ ਹੈ। ਇਤਨੀ ਨਸ਼ਿਆਂ ਦੀ ਭਰਮਾਰ ਕਿਉਂ ਹੈ, ਇਤਨੀ ਨਸ਼ਿਆਂ ਦੀ ਕਸ਼ਿਸ਼ ਕਿਉਂ ਹੈ? ਬੇਚੈਨੀ ਅਤੇ ਦੁੱਖ ਵਿੱਚ ਜੀਵਣਾ ਬੜਾ ਔਖਾ ਹੈ, ਇਹ ਮੈਂ ਅਰਜ਼ ਕਰਦਾ। ਗਾਲਿਬ ਦੁਨੀਆਂ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਕਤ। ਜਿਤਨਾ ਸਿਆਣਾ ਹੋਵੇਗਾ ਉਤਨਾ ਬੇਚੈਨ, ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆਂ ਛੋਟੀ ਹੋ ਜਾਂਦੀ ਹੈ, ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆਂ ਬੇਮੈਨੀ ਹੋ ਜਾਂਦੀ ਹੈ। ਉਹਦੀ ਪਤਨੀ ਨੇ ਇੱਕ ਦਿਨ ਸਮਝਾਇਆ, ਤੁਸੀਂ ਆਲਮ ਫਾਜ਼ਲ ਹੋ, ਤੁਸੀਂ ਮਹਾਨ ਹੋ, ਲੋਕ ਤੁਹਾਡਾ ਕਿਤਨਾ ਸਨਮਾਨ ਕਰਦੇ ਨੇ, ਅਤੇ ਤੁਸੀਂ ਦਿਨ ਰਾਤ ਪੀ ਕੇ ਘਰ ਵਿੱਚ ਨਸ਼ੇ 'ਚ ਚੋਰ ਰਹਿੰਦੇ ਹੋ। ਗਾਲਿਬ ਆਪ ਵੀ ਕਹਿੰਦਾ ਆਪਣੀ ਉਸਦੀ ਇੱਕ ਨਜ਼ਮ ਦੇ ਦੋ ਬੋਲ ਨੇ, ਯੇ ਤੇਰਾ ਤਸੱਫ਼ ਯੇ ਤੇਰਾ ਬਿਆਨ ਏ ਗਾਲਿਬ, ਤੁਝੇ ਹਮ ਬਲੀ ਸਮਝਦੇ ਜੋ ਨਾ ਬਾਦਾ ਖਾਰ ਹੋਤਾ। ਜੇ ਕਿਧਰੇ ਤੂੰ ਪੀਂਦਾ ਨਾ ਤੇ ਗਾਲਿਬ ਅਸੀਂ ਤੈਨੂੰ ਪੈਗੰਬਰ ਜਾਣ ਕੇ ਪੂਜਣਾ ਸੀ, ਬਲੀ ਜਾਣ ਕੇ, ਇੰਨਾ ਸਿਆਣਾ। ਇਹ ਮਿਸਾਲ ਏ ਤਸੱਫ਼ ਯੇ ਤੇਰਾ ਬਿਆਨ ਏ ਗਾਲਿਬ, ਤੁਝੇ ਹਮ ਬਲੀ ਸਮਝਦੇ ਜੋ ਨਾ ਬਾਦਾ ਖਾਰ ਹੋਤਾ। ਕਮਾਲ ਦੀ ਗੱਲ ਏ ਤੇਰੀਆਂ ਦਲੀਲਾਂ, ਇਹ ਤੇਰੇ ਪ੍ਰਮਾਣ, ਇਹ ਤੇਰੇ ਉਦਾਹਰਣ, ਇਹ ਤੇਰੀ ਖੋਜ, ਇਹ ਤੇਰਾ ਗਿਆਨ। ਅਸੀਂ ਤੇ ਤੈਨੂੰ ਬਲੀ ਜਾਣ ਕੇ ਪੂਜਣਾ ਸੀ, ਪੈਗੰਬਰ ਜਾਣ ਕੇ ਪੂਜਣਾ ਸੀ, ਪਰ ਤੂੰ ਤੇ ਦਿਨ ਰਾਤ ਪੀਣ ਲੱਗ ਪਿਆ। ਪਤਨੀ ਵੀ ਕਹਿੰਦੀ ਹੈ, ਅੱਜ ਸਮਝਾ ਰਹੀ ਹੈ, ਇੰਨੇ ਸਿਆਣੇ ਤੁਸੀਂ, ਇੱਕ ਇੱਕ ਬੋਲ ਜਿਸ ਤੋਂ ਦੁਨੀਆਂ ਦੀ ਸਾਰੀ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ, ਤੁਸੀਂ ਦਿਨ ਰਾਤ ਨਸ਼ੇ 'ਚ ਡੁੱਬੇ ਰਹਿੰਦੇ ਹੋ। ਪਤਾ ਗਾਲਿਬ ਨੇ ਉੱਥੇ ਕੀ ਆਖਿਆ ਆਪਣੀ ਬੇਗਮ ਨੂੰ, ਆਪਣੀ ਪਤਨੀ ਨੂੰ? ਪੀ ਲੈਣਾ ਤੂੰ ਮਨੁੱਖ ਦਿਖਾਈ ਦੇਣੀ ਹੈ, ਪਤਨੀ ਦਿਖਾਈ ਦੇਣੀ ਹੈ, ਜਦ ਮੈਂ ਹੋਸ਼ੇ 'ਚ ਆਉਂਦਾ ਤੂੰ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ। ਕੁਛ ਵੀ ਨਹੀਂ, ਕੁਛ ਵੀ ਨਹੀਂ, ਸਾਰਾ ਸੰਸਾਰ ਬੇਮੈਨੀ, ਇਸ ਬੇਮੈਨੀ ਸੰਸਾਰ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ? ਕੁਛ ਵੀ ਨਹੀਂ, ਕੁਛ ਵੀ ਨਹੀਂ। ਸੰਤ ਦੀ ਦ੍ਰਿਸ਼ਟੀ 'ਚ ਵੀ ਜਗਤ ਕੁਛ ਨਹੀਂ ਆਉਂਦਾ, ਤਾਂ ਹੀ ਉੱਚਾ ਉੱਠ ਜਾਂਦਾ ਹੈ। ਇੱਕ ਵਿਦਵਾਨ ਦੀ ਦ੍ਰਿਸ਼ਟੀ 'ਚ ਵੀ ਕੁਛ ਨਹੀਂ ਆਉਂਦਾ, ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ। ਇਸ ਦੁਨੀਆਂ ਨੂੰ ਛੋੜੋ, ਥੱਲੇ ਚਲੇ ਜਾਓ, ਬੇਹੋਸ਼ ਹੋ ਜਾਓ, ਸ਼ਰਾਬ ਪੀ ਲਓ, ਨਸ਼ੇ ਕਰ ਲਓ। ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ, ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ, ਕਾਫੀ ਦੇਰ ਦੇ ਬੈਠੇ ਹੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਕੀ ਕਹਿੰਦੇ ਨੇ। ਪਤਾ ਸਾਕੀ ਕਿਸ ਨੂੰ ਕਹਿੰਦੇ ਨੇ? ਜੋ ਸ਼ਰਾਬ ਪਿਲਾਉਂਦਾ ਪਿਆਲੇ 'ਚ ਪਾ ਕੇ ਦਿੰਦਾ, ਗੁਰੂ ਗੋਬਿੰਦ ਸਿੰਘ ਜੀ।
ਨੰਦ ਲਾਲ ਵੀ ਸਾਖੀ ਕਹਿੰਦੇ ਨੇ। ਅਜਮੇਰ ਦੇ ਮਹਾਨ ਸੰਤ ਖਵਾਜਾ ਮਈਉਦੀਨ ਚਿਸ਼ਤੀ ਉਹ ਖੁਦਾ ਨੂੰ ਸਾਖੀ ਕਹਿੰਦਾ। ਹੈਰਾਨ ਆ ਮੈਂ, ਇਸ ਤਰ੍ਹਾਂ ਕਹਿੰਦੇ ਵਿਦੇ ਸਾਖੀਆ ਸਾਗਰੇ ਸਬਜ਼ੇ ਨੂੰ ਕਿ ਮਾਰਾ ਬਕਾਰਸਤ ਜੰਗ ਅੰਦਰੋਂ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਇਹ ਸਾਖੀ ਇੱਕ ਜਾਂ ਮੈਨੂੰ ਵੀ ਪਿਲਾ, ਮੈਂ ਜੂਝ ਮਰਾਂ ਆਪਣੇ ਮਨ ਨਾਲ ਔਰ ਉੱਪਰ ਉੱਠ ਜਾਵਾਂ। ਵਿਦੇ ਸਾਖੀ ਆ ਸਾਗਰੇ ਸਬਜ਼ੇ ਨੂੰ, ਇਹ ਸਭ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਜ਼ਫਰਨਾਮਾ। ਵਿਦੇ ਸਾਖੀ ਆ ਸਾਗਰੇ ਸਬਜ਼ੇ ਨੂੰ ਕਿ ਮਾਰਾ ਬਕਾਰਸਤ ਜੰਗ ਅੰਦਰੋਂ। ਮੈਂ ਲੜਨਾ ਚਾਹੁੰਦਾ ਇਸ ਮਨ ਨਾਲ, ਇਸ ਮਨ ਨੂੰ ਪਛਾੜਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਇਸ ਦੁਨੀਆਂ ਨੂੰ। ਮੈਨੂੰ ਵੀ ਇੱਕ ਜਾਮ ਪਿਲਾ ਆਪਣੇ ਨਾਮ ਦਾ। ਹੁਣ ਨਾਮ ਨੂੰ ਵੀ ਨਸ਼ਾ ਆਖਿਆ, ਦੂਰ ਕਿਉਂ ਜਾਓ, ਗੁਰੂ ਨਾਨਕ ਵੀ ਨਸ਼ਾ ਕਹਿੰਦੇ। ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਸ ਸੰਬੰਧ ਵਿੱਚ ਗੁਰੂ ਨਾਨਕ ਦੇ 7-8 ਸ਼ਬਦ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 5-7 ਸ਼ਬਦ ਨੇ, ਕਬੀਰ ਦੇ ਵੀ ਸ਼ਬਦ ਨੇ। ਸਿਰਫ ਇੱਕ ਦੋ ਪੰਕਤੀਆਂ ਖੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ, ਇੱਕ ਸ਼ਰਾਬ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ, ਇੱਕ ਪਾਸੇ ਸੰਤ ਬੈਠਾ ਹੋਵੇ, ਇੱਕ ਅਕਲ ਤੋਂ ਉੱਚਾ ਬੈਠਾ ਹੋਵੇ, ਇੱਕ ਅਕਲ ਤੋਂ ਥੱਲੇ ਬੈਠਾ ਹੋਵੇ, ਦੂਰੋਂ ਕੋਲ ਨਾ ਜਾਈਏ, ਕਿਉਂਕਿ ਕੋਲ ਗਏ ਤਾਂ ਸ਼ਰਾਬੀ ਕੋਲ ਸ਼ਰਾਬ ਦੀ ਬਹੁ ਆ ਜਾਣੀ। ਦੂਰੋਂ ਦੇਖਾਂਗੇ, ਕਿਤੇ ਕੋਈ ਹੋਰ ਦਾ ਹੋਰ ਨਾ ਸਮਝ ਲੈਣਾ, ਦੂਰੋਂ ਦੇਖਾਂਗੇ ਪਹਿਚਾਨ ਕਰਨੀ ਔਖੀ ਹੋ ਜਾਏਗੀ, ਇਹਦੇ ਸੰਤ ਕਿਹੜਾ ਹੈ, ਇਹਦੇ ਸ਼ਰਾਬੀ ਕਿਹੜਾ ਹੈ। ਇਹ ਵੀ ਮੈਂ ਅਰਜ਼ ਕਰਦੀ ਹਾਂ, ਦੋਹਾਂ ਕੋਲ ਮਸਤੀ ਹੋਵੇਗੀ, ਦੋਹਾਂ ਕੋਲ ਸਰੂਰ ਹੋਵੇ, ਦੋਹਾਂ ਕੋਲ ਭੋਲਾਪਨ ਹੋਵੇਗਾ। ਨਸ਼ੇ ਵਿੱਚ ਨਸ਼ਾ ਹੀ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ, ਉਹ ਕੁਛ ਵੀ ਨਹੀਂ ਛੁਪਾ ਸਕਦਾ। ਭਾਰਤ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ੍ਹ ਲੈਂਦੀ, ਪਕੜ ਲੈਂਦੀ ਹੈ, ਚੋਰਾਂ ਨੂੰ ਪਕੜ ਲੈਂਦੀ, ਉਹਨੂੰ ਨਸ਼ਾ ਕਰਾ ਕੇ ਸਭ ਕੁਝ ਬੁਲਵਾ ਲੈਂਦੀ, ਸਭ ਕੁਝ ਦੱਸ ਲੈਂਦਾ। ਨਸ਼ਾ ਹੀ ਮਨੁੱਖ ਕੁਛ ਵੀ ਨਹੀਂ ਛੁਪਾ ਸਕਦਾ, ਅੰਦਰੋਂ ਬਾਹਰੋਂ ਇੱਕ ਹੋ ਜਾਂਦਾ। ਔਰ ਇਹ ਵੀ ਅਰਜ਼ ਕਰਾਂ, ਸੰਤ ਵੀ ਕੁਛ ਪੜ੍ਹਦੇ ਨਹੀਂ ਪਾਉਂਦਾ, ਅੰਦਰੋਂ ਬਾਹਰੋਂ ਇੱਕ ਹੋ ਜਾਂਦਾ, ਭੋਲਾ ਹੋ ਜਾਂਦਾ, ਦੋਵੇਂ ਭੋਲੇ ਹੁੰਦੇ। ਫਰਕ ਸਿਰਫ ਇਤਨਾ ਹੈ, ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ, ਪਸ਼ੂ ਹੋ ਕੇ ਭੋਲਾ ਹੋਇਆ, ਇੱਕ ਮਨੁੱਖਤਾ ਤੋਂ ਉੱਚਾ ਉੱਠਿਆ, ਪਰਮਾਤਮਾ ਦੀ ਤਰ੍ਹਾਂ ਹੋ ਗਿਆ, ਪਰਮਾਤਮਾ ਕਰਕੇ ਭੋਲਾ ਹੋ ਗਿਆ। ਦੋਹਾਂ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ।